ਗੁਰਦਾਸਪੁਰ ਦੇ ਪਿੰਡ ਸੋਹਲ ਨੇੜੇ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਉਸ ਦੇ ਨਾਲ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ ਹੈ। ਉੱਥੇ ਦੋਸ਼ੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਨੋਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਜੰਗ ਬਹਾਦਰ ਸਵੇਰੇ 6 ਵਜੇ ਦੇ ਕਰੀਬ ਗੁਰਦਾਸਪੁਰ ਤੋਂ ਗੰਨਾ ਲੈ ਕੇ ਬਟਾਲਾ ਵੱਲ ਨੂੰ ਜਾ ਰਹੇ ਸਨ। ਜਦੋਂ ਪਿੰਡ ਸੋਹਲ ਨੇੜੇ ਪਹੁੰਚੇ ਤਾਂ ਪਿੱਛੋਂ ਦੀ ਆਈ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਟਰਾਲੀ ਪਲਟ ਗਈ ਅਤੇ ਟਰੱਕ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਉੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਸੜਕ ਤੇ ਰੱਖ ਕੇ ਰੋਸ ਜ਼ਾਹਿਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ। ਬਹੁਤ ਹੀ ਮੰਦ ਭਾਗੀ ਜਿਹੜੀ ਖਬਰ ਅੱਜ ਸਾਨੂੰ ਮਿਲੀ ਆ। ਸਵੇਰੇ 5:30 ਵਜੇ ਘਰੋਂ ਤੁਰੇ ਸੀਗੇ ਅਤੇ 5:30 ਵਜੇ ਜਿਹੜੀ ਤੇਜ਼ ਰਫ਼ਤਾਰ ਬੱਸ ਆ ਰਹੀ ਸੀ ਪਿਸੋਲ ਨੇ ਟੱਕਰ ਮਾਰੀ। 6:30 ਵਜੇ ਕਰੀਬਨ ਮੰਨ ਲਓ ਹਾਦਸਾ ਹੋ ਗਿਆ ਜਿਹਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਵਾਲ ਵਾਲ ਵੱਜੇ ਨੇ ਅਤੇ ਉਹਨਾਂ ਦਾ ਭਰਾ ਜਿਹੜਾ ਸਰਦਾਰ ਜੰਗ ਬਹਾਦਰ ਸਿੰਘ ਜੀ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ ਆ। ਅਤੇ ਜਿੰਨਾ ਵੀ ਹਾਦਸਾ ਹੋਇਆ ਸਾਰਾ ਹੀ ਤੇਜ਼ ਬੱਸ ਰਫ਼ਤਾਰ ਆ ਰਹੀ ਸੀ ਉਹਦੇ ਕਰਕੇ ਸਾਰਾ ਹਾਦਸਾ ਹੋਇਆ ਵਾ। ਅਤੇ ਬੜੇ ਹੀ ਵੀਰਾਂ ਨੇ ਸਹਿਯੋਗ ਦਿੱਤਾ ਹੈ, ਬੜਾ ਦਿੱਲੀ ਮਿਹਨਤ ਕਰਕੇ ਆਪਾਂ ਜਿਹੜਾ ਵੀ ਥੋੜ੍ਹਾ ਕੱਢਿਆ ਹੈ ਲੇਕਿਨ ਮੰਨ ਲਓ ਡੈਡ ਨਿਕਲਿਆ ਥੱਲਿਓ। ਸੋ ਹੁਣ ਸਾਡੀ ਪ੍ਰਸ਼ਾਸਨ ਨੇ ਹੁਣ ਤੱਕ ਬਹੁਤ ਮਦਦ ਕੀਤੀ, ਇਹਨੇ ਕਿ ਨਹੀਂ ਕੀਤੀ, ਸਾਡਾ ਪ੍ਰਸ਼ਾਸਨ ਨਾਲ ਹੀ ਇਸ ਵੇਲੇ ਦਾ। ਅਤੇ ਪਰਿਵਾਰ ਦੀ ਮੰਗ ਹੈ ਵੀ ਜਿੰਨਾ ਚਿਰ ਇੱਥੇ ਜਿਹੜਾ ਡਰਾਈਵਰ ਹੈ ਉਹ ਜਿਹੜਾ ਦੋਸ਼ੀ ਹੈ ਉਹਨੂੰ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੱਕ ਸਾਡਾ ਧਰਨਾ ਜਿਹੜਾ ਹੈ ਜਾਰੀ ਰਹੇਗਾ। ਸੋ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ, ਪ੍ਰਸ਼ਾਸਨ ਨਾਲ ਰਾਬਤਾ ਵੀ ਸਾਡਾ ਹੋ ਰਿਹਾ ਹੈ। ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਜਿਹੜਾ ਡਰਾਈਵਰ ਹੈ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਜਿਹੜੀ ਮ੍ਰਿਤਕ ਦੇਹ ਹੈ ਡੈਡ ਜਿਹੜਾ ਹੈ ਇਹਦਾ ਸੰਸਕਾਰ ਕੀਤਾ ਜਾਵੇ, ਅੰਤਮ ਰਸਮਾਂ ਜਿਹੜੀਆਂ ਕੀਤੀਆਂ ਜਾਣ ਅਤੇ ਪਰਿਵਾਰ ਨੂੰ ਜਿਹੜਾ ਹੈ ਉਹ ਇਸ ਚੀਜ਼ ਦਾ ਜਿਹੜਾ ਜੋ ਨੁਕਸਾਨ ਹੋਇਆ ਹੈ ਉਹਦਾ ਮੁਆਵਜ਼ਾ ਵੀ ਮਿਲੇ, ਵੱਧ ਤੋਂ ਵੱਧ ਜੋ ਵੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਵੀ ਮਿਲੇ ਤਾਂ ਜੋ ਪਰਿਵਾਰ ਜਿਹੜਾ ਹੈ ਇਨਸਾਫ ਦੀਆਂ ਦਰਗਾਹਾਂ ਤੱਕ ਪਹੁੰਚੇ। ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨੋਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੋਈ ਕਰੀਬ 6:30 ਵਜੇ ਤੋਂ ਉਸੇ ਆਇਆ ਪਿੱਛੋਂ ਬੱਸ ਆਈ ਹੈ, ਸਿਮਰਨਾ ਕਾਲਾ ਬੱਸ ਲਿਖਿਆ, ਕਾਫੀ ਦੇ ਸਟਿੱਕਰ ਲੱਗੇ ਆ, ਇਹਨੇ ਪਿੱਛੋਂ ਲਿਆ ਕੇ ਮਾਰੀ ਗਲਤ ਤੇਜ਼ ਰਫ਼ਤਾਰ ਲਿਆ ਕੇ ਮਾਰੀ ਉੱਥੇ ਜਾਣਕਾਰੀ ਹੋਈ ਸੀ ਅਤੇ ਦੋ ਮੈਂ ਕੱਟਾਂ ਬੱਸ ਲੱਗੀਆਂ ਇੱਕ ਦੋ ਦੀ ਲੱਗ ਰੱਖ ਰਹੇ ਸੀ ਅਤੇ ਇਹ ਬੰਦਾ ਥੱਲੇ ਆ ਕੇ ਜਿਹੜਾ ਵਾ ਜੀ ਡੈਥ ਹੋ ਗਈ ਜੀ। ਜੰਗ ਭਗਤ ਸਿੰਘ ਸੂਬਾ ਸਿੰਘ ਪਿੰਡ ਦਾਖਲਾ ਗੁਰਦਾਸਪੁਰ ਅਤੇ ਉਹਦਾ ਨਾਲ ਬ੍ਰਦਰ ਉਹਦਾ ਬੈਠਾ ਸੀਗਾ ਜਸਵੰਤ ਸਿੰਘ ਸਾਨੂੰ ਸੂਬਾ ਸਿੰਘ ਦਾਖਲ ਇਹ ਗੰਨਾ ਲੈ ਕੇ ਜਾ ਰਹੇ ਹਾਂ ਬਟਾਲਾ ਸਾਹਿਬ ਜੀ ਅਤੇ ਇੱਥੇ ਪਿੱਛੋਂ ਆਈ ਹੈ ਬੱਸ ਕੇ ਪਿੱਛੋਂ ਆ ਕੇ ਮਾਰੀ ਸਾਹਿਬ ਪਿੱਛੋਂ ਮਾਰੀ ਇਹਨੇ ਸਾਈਡ ਪਿੱਛੋਂ ਸਾਈਡ ਮਾਰ ਕੇ ਉਹਦੇ ਗਾੜੀ ਪਟਾ ਦਿੱਤੀ ਹੈ ਉਹਨਾਂ ਦਾ ਨੁਕਸਾਨ ਹੋ ਗਿਆ ਬੰਦਾ ਫਸ ਜੋ ਸਵਾਰੀਆਂ 15-20 ਹੋਣਗੀਆਂ ਉਹ ਮਤਲਬ ਉੱਥੋਂ ਜਾਈ ਗਏ ਆ ਜਿਹੜਾ ਜਿਹੜਾ ਇੰਜਰਡ ਸੀ ਉਹ ਵੀ ਜਾਈ ਗਏ ਆ 2-4 ਇੰਜਰਡ ਸੀਗੇ ਜ਼ਿਆਦਾ ਹੀ ਇੱਕ ਦੋ ਦਾ ਫ੍ਰੈਕਚਰ ਹੀ ਹਾਂ ਉਹ ਹਾਂਜੀ ਉਹਦੇ ਹੁਣੇ ਜਿਹੜਾ ਡਰਾਈਵਰ ਬੱਸ ਦਾ ਉਹ ਫਰਾਰ ਆ ਗਿਆ ਉਹ ਇੱਥੇ ਨਹੀਂ ਹੈਗੇ ਫਰਾਰ ਨੇ ਜਲਦੀ ਫੜ ਲਏ ਜਾਂਦੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ। ऑल वर्ल्ड ओपन चैलेंज 17-time गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374-9647 84374-9648 ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ੀਕਰਨ ਕਰਵਾਓ ਮਨਚਾਹ ਪਿਆਰ ਪਾਓ ਲਵ ਮੈਰਿਜ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲਾਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਮੋਬਾਈਲ 98 788 045 588 38 617 ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।